ਤਾਂ ਦੋਸਤੋ ਹੁਣ ਜਿਹੜੇ ਪੇਪਰ ਹੋਣਗੇ ਉਹ ਕਿੰਨੇ ਮਾਰਕਸ ਦੇ ਹੋਣਗੇ ਫਾਈਨਲ ਪੇਪਰ ਹੋਣ ਚਾਹੇ ਫਿਰ ਤੁਹਾਡੇ ਪ੍ਰੀ ਬੋਰਡ ਦੇ ਪੇਪਰ ਹੋਣ ਜਾਂ ਫਿਰ ਚਾਹੇ ਤੁਹਾਡੇ ਕੱਚੇ ਪੇਪਰ ਹੋਣ ਤਾਂ ਹੁਣ ਜਿਹੜੇ ਵਿਦਿਆਰਥੀਆਂ ਦੇ ਪੇਪਰ ਹੈਗੇ ਆ ਉਹ 40 40 ਮਾਰਕਸ ਦੇ ਨਹੀਂ ਹੋਇਆ ਕਰਨਗੇ ਠੀਕ ਹੈ ਕਿਉਂਕਿ ਉਹ ਟਰਮ 1 ਅਤੇ ਟਰਮ 2 ਵਾਲਾ ਸਿਸਟਮ ਸੀ ਇਹ ਖਤਮ ਹੋ ਗਿਆ ਬਤਾਂ ਹੁਣ ਕਿੰਨੇ ਮਾਰਕਸ ਦੇ ਪੇਪਰ ਹੋਣਗੇ ਫਿਰ ਚਾਹੇ ਦੋਸਤੋ ਉਹ 10ਵੀਂ ਕਲਾਸ ਹੋਵੇ ਤੁਹਾਡੀ ਫਿਰ ਹੋਵੇ ਚਾਹੇ ਉਹ 12ਵੀਂ ਫਿਰ ਚਾਹੇ ਦੋਸਤੋ ਤੁਸੀਂ ਆਪਣੇ ਨਾਨ ਬੋਰਡ ਵਾਲੇ ਵੀ ਹੋ ਸਕਦੇ ਹੋ 9ਵੀਂ 11ਵੀਂ ਵਾਲੇ ਠੀਕ ਹੈ ਹੁੰਦਾ ਵਾ ਠੀਕ ਹੈ ਤਾਂ ਹੁਣ ਦੋਸਤੋ ਜਿਹੜੇ ਪੇਪਰ ਹੈਗੇ ਕਿੰਨੇ ਮਾਰਕਸ ਦੇ ਹੋਣਗੇ ਫਿਰ ਚਾਹੇ ਤੁਹਾਡਾ ਫਾਈਨਲ ਐਗਜ਼ਾਮ ਹੋਵੇ ਮਾਰਚ ਦੇ ਵਿੱਚ ਫਿਰ ਚਾਹੇ ਤੁਹਾਡੇ ਜਿਹੜੇ ਹੈਗੇ ਪ੍ਰੀ ਬੋਰਡ ਦੇ ਪੇਪਰ ਹੋਣ ਜਾਂ ਫਿਰ ਜਿਹੜੇ ਤੁਹਾਡੇ ਕੱਚੇ ਪੇਪਰ ਹੁੰਦੇ ਆ ਠੀਕ ਹੈ ਜੀ ਉਹ ਵੀ ਇਸੇ ਤਰ੍ਹਾਂ ਹੋਣਗੇ ਤਾਂ ਦੇਖੋ ਦੋਸਤੋ ਜਿਹੜਾ ਆਪਾਂ 12ਵੀਂ ਵਾਲਿਆਂ ਦਾ ਸਭ ਤੋਂ ਪਹਿਲਾਂ ਦੇਖਦੇ ਹਾਂ ਫਿਰ ਦੇਖਾਂਗੇ ਆਪਾਂ 10ਵੀਂ ਦਾ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ 12ਵੀਂ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਜਰਨਲ ਇੰਗਲਿਸ਼ ਦਾ ਪੇਪਰ ਦੋਸਤੋ ਤੁਹਾਡਾ 80 ਨੰਬਰ ਦਾ ਹੋਏਗਾ ਠੀਕ ਹੈ ਇਹ ਨਹੀਂ ਕਿ ਪਹਿਲਾਂ ਹੁਣ ਤੁਹਾਡਾ 40 ਦਾ ਨੰਬਰ ਦਾ ਲਿੱਤਾ ਜਾਊਗਾ ਫਿਰ 40 ਦਾ ਲਿੱਤਾ ਜਾਊਗਾ ਇਸ ਤਰ੍ਹਾਂ ਨਹੀਂ ਹੋਊਗਾ ਇੱਕ ਹੀ ਵਾਰੀ ਇਗਜ਼ਾਮ ਹੋਊਗਾ ਸਿੱਧਾ ਹੀ 80 ਨੰਬਰ ਦਾ ਹੋਊਗਾ ਤੇ ਸਿਲੇਬਸ ਵੀ 100% ਸਿਲੇਬਸ ਦੇ ਵਿੱਚੋਂ ਲਿੱਤਾ ਜਾਏਗਾ 50-50% ਸਿਲੇਬਸ ਨਹੀਂ ਹੋਵੇਗਾ ਠੀਕ ਹੈ ਜੀ ਬਾਕੀ ਅਗਰ ਕੱਚੇ ਇਗਜ਼ਾਮ ਥੋੜਾ ਜਿਹਾ ਕੱਟ ਵਗੈਰਾ ਹੋ ਸਕਦਾ ਬਟ ਫਾਈਨਲ ਦੇ ਅਕੋਰਡਿੰਗ ਜਿਹੜੇ ਤੁਹਾਡੇ ਪੇਪਰ ਹੋਣਗੇ ਉਹ 100% ਸਿਲੇਬਸ ਤੇ ਇੱਕ ਹੀ ਵਾਰ ਇਗਜ਼ਾਮ ਹੋਏਗਾ 80 ਨੰਬਰ ਦਾ ਠੀਕ ਹੈ ਤੇ ਉਸ ਤੋਂ ਬਾਅਦ ਅਸੈਸਮੈਂਟ ਤੁਹਾਡੀ 20 ਨੰਬਰ ਦੀ ਲੱਗੇਗੀ ਤੇ ਟੋਟਲ ਤੁਹਾਡਾ ਹੋ ਜਾਏਗਾ 100 ਮਾਰਕਸ ਦਾ ਇਸੇ ਤਰ੍ਹਾਂ ਦੋਸਤੋ ਸੇਮ ਜਨਰਲ ਪੰਜਾਬੀ ਦੇ ਵਿੱਚ 80 ਨੰਬਰ ਦਾ ਲਿਖਤੀ ਪੇਪਰ ਹੋਏਗਾ 20 ਦੀ ਅਸੈਸਮੈਂਟ ਜਾਊਗੀ ਤੇ 100 ਦਾ ਬਣ ਜਾਏਗਾ ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਤਾਂ ਉਹ ਜਿਹੜੇ ਹੈਗੇ ਆ ਗ੍ਰੇਡਿੰਗ ਵਾਲੇ ਜਿਹੜੇ ਸਬਜੈਕਟ ਨੇ ਈਵੀਐਸ ਕੰਪਿਊਟਰ ਤੇ ਸਵਾਗਤ ਜ਼ਿੰਦਗੀ ਉਹ 45 ਨੰਬਰ ਦਾ ਪੇਪਰ ਹੋਏਗਾ ਲਿਖਣ ਵਾਲਾ ਪੇਪਰ ਠੀਕ ਹੈ ਤੇ 50 ਨੰਬਰ ਦਾ ਦੋਸਤੋ ਕੰਪਿਊਟਰ ਸਾਇੰਸ ਦਾ ਤੇ ਸਵਾਗਤ ਜਿੰਦਗੀ ਦਾ ਵੀ 50 ਦਾ ਤੇ ਜਿਹੜੀ ਹੈਗੀ ਆਪਣੀ ਕੰਪਿਊਟਰ ਸਾਇੰਸ ਇਹਦੇ ਵਿੱਚ ਦੋਸਤੋ ਤੁਹਾਡੇ ਜਿਹੜੇ ਹੈਗੇ ਆ 45 ਨੰਬਰ ਦੀ ਪ੍ਰੈਕਟੀਕਲ ਹੋਏਗੀ ਤੇ ਸਵਾਗਤ ਜਿੰਦਗੀ ਦੇ ਵਿੱਚ ਦੋਸਤੋ 40 ਨੰਬਰ ਦੀ ਪ੍ਰੈਕਟੀਕਲ ਤੇ ਅਸੈਸਮੈਂਟ ਦੀ ਗੱਲ ਕਰੀਏ ਤਾਂ এনवायरमेंट ਦੇ ਵਿੱਚ 5 ਨੰਬਰ ਦੀ ਅਸੈਸਮੈਂਟ ਕੰਪਿਊਟਰ ਦੇ ਵਿੱਚ ਵੀ 5 ਨੰਬਰ ਦੀ ਅਸੈਸਮੈਂਟ ਤੇ ਸਵਾਗਤ ਜਿੰਦਗੀ ਦੇ ਵਿੱਚ 10 ਨੰਬਰ ਦਾ ਅਸੈਸਮੈਂਟ ਤਾਂ EBS ਦਾ ਟੋਟਲ ਦੋਸਤੋ ਤੁਹਾਡਾ ਆਲਓਵਰ ਬਣੇਗਾ 50 ਨੰਬਰ ਠੀਕ ਹੈ ਇਸ ਕੰਪਿਊਟਰ ਸਾਇੰਸ ਦਾ ਦੋਸਤੋ ਬਣੇਗਾ ਤੁਹਾਡਾ 100 ਨੰਬਰ ਤੇ ਸਵਾਗਤ ਜਿੰਦਗੀ ਦਾ ਬਣੇਗਾ 100 ਨੰਬਰ ਤੇ ਦੋਸਤੋ ਇੱਕ ਹੋਰ ਇੰਪੋਰਟੈਂਟ ਗੱਲ ਕਿ ਇਹ ਜਿਹੜੇ ਤਿੰਨ ਸਬਜੈਕਟ ਨੇ ਇਹਨਾਂ ਦੇ ਠੀਕ ਹੈ ਜੀ ਮਾਰਕਸ ਤੁਹਾਡੇ ਟੋਟਲ ਦੇ ਵਿੱਚ ਐਡ ਨਹੀਂ ਹੁੰਦੇ ਹੈਗੇ ਠੀਕ ਹੈ ਉਸ ਤੋਂ ਬਾਅਦ ਦੋਸਤੋ ਜੇ ਪਾਸਿੰਗ ਦੀ ਗੱਲ ਕਰੀ ਤਾਂ 33% ਮਾਰਕਸ ਹੀ ਤੁਹਾਨੂੰ ਚਾਹੀਦੇ ਹਨ ਪਾਸ ਹੋਣ ਦੇ ਲਈ ਠੀਕ ਹੈ ਤੇ ਉਸ ਤੋਂ ਬਾਅਦ ਦੋਸਤੋ ਤੁਹਾਡੇ ਜਿਹੜੇ ਹੈਗਾ ਥਿਉਰੀ ਦੇ ਵਿੱਚ ਵੀ ਪਾਸ ਹੋਣ ਲਈ 33% ਮਾਰਕਸ ਚਾਹੀਦੇ ਤੁਹਾਨੂੰ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਨੋ ਮਿਨੀਮਮ ਮਾਰਕਸ ਆਰ ਰਿਕੁਆਇਰਡ ਠੀਕ ਹੈ ਜੀ ਯਾਨੀ ਕਿ ਕੋਈ ਜ਼ਰੂਰਤ ਨਹੀਂ ਹੈ ਇੰਟਰਨਲ ਅਸੈਸਮੈਂਟ ਦੇ ਵਿੱਚ ਵੱਖਰੇ ਤੌਰ ਤੇ ਹੁਣ ਪਾਸ ਹੋਣ ਲਈ ਬਟ ਦੋਸਤੋ ਤੁਹਾਡਾ ਜਿਹੜਾ ਹੈਗਾ 33% ਤੁਹਾਨੂੰ 올ਓਵਰ ਵੀ ਚਾਹੀਦੇ ਆ ਪਾਸ ਹੋਣ ਲਈ ਤੇ ਥਿਉਰੀ ਦੇ ਵਿੱਚ ਵੀ ਠੀਕ ਹੈ ਜੀ ਜਿਹੜਾ ਹੈਗਾ 33% ਚਾਹੀਦੇ ਹਨ ਜਿਵੇਂ ਕਿ 80 ਦਾ ਹੁਣ ਆਪਣਾ ਕਿੰਨਾ ਆ ਜਾਊਗਾ 33% ਤਾਂ ਇਹਦਾ ਆਏਗਾ ਜੀ ਦੋਸਤੋ ਤੁਹਾਡਾ 27 ਜਾਂ ਫਿਰ 28 28 ਮਾਰਕਸ ਮੰਨ ਲਓ ਤੇ ਬਾਕੀ ਹੁਣ ਜਦੋਂ ਤੁਹਾਡੀ ਅਸੈਸਮੈਂਟ ਵਗੈਰਾ ਲਗਾ ਕੇ ਠੀਕ ਹੈ ਜੀ 100 ਦੇ ਵਿੱਚੋਂ ਠੀਕ ਹੈ ਜੀ 33% ਬਣਣੀ ਚਾਹੀਦੀ ਹੈ ਤਾਂ 100 ਦਾ 33% ਕਿੰਨਾ ਆਏਗਾ 33% ਹੀ ਆਏਗਾ ਠੀਕ ਹੈ ਯਾਨੀ ਕਿ ਸਰੋਈ 33 ਨੰਬਰ ਆਏਗਾ ਠੀਕ ਹੈ 33 ਨੰਬਰ ਤੁਹਾਡੇ ਬਣ ਗਏ ਅਸੈਸਮੈਂਟ ਲਗਾ ਕੇ ਫਿਰ ਦੋਸਤੋ ਤੁਸੀਂ ਪਾਸ ਹੋ ਜਾਓਗੇ ਉਸ ਤੋਂ ਬਾਅਦ ਇਹ ਗੱਲ ਕਰੀ ਤਾਂ ਹੁਣ ਥੱਲੇ ਜਿਹੜੇ ਤੁਹਾਡੇ ਹੈਗੇ ਹਿਊਮਨਿਟੀਜ਼ ਗਰੁੱਪ ਵਾਲਿਆਂ ਨੂੰ ਦਿੱਤੇ ਹੋਏ ਸਾਇੰਸ ਕਮਰਸ ਐਗਰੀਕਲਚਰ ਠੀਕ ਹੈ ਤਾਂ ਹੁਣ ਇਸ ਤੋਂ ਬਾਅਦ ਆ ਦੇਖ ਸਕਦੇ ਹੋ ਦੋਸਤੋ ਹੁਣ ਹਿਊਮਨਿਟੀਜ਼ ਗਰੁੱਪ ਵਾਲੇ ਠੀਕ ਹੈ ਜੀ ਇਹਨਾਂ ਦੇ ਜਿਹੜੇ ਇਲੈਕਟਿਵ ਸਬਜੈਕਟ ਨੇ ਜਿਵੇਂ ਕਿ ਹਿੰਦੀ ਇੰਗਲਿਸ਼ ਠੀਕ ਹੈ ਜੀ ਪੰਜਾਬੀ ਜਿਨ੍ਹਾਂ ਨੇ ਰੱਖੀ ਹੈ ਉਹਨਾਂ ਦੇ ਵੀ ਆਹ ਹੀ ਸੇਮ ਆ ਜਿਵੇਂ ਕਿ ਉੱਪਰ ਦੱਸਿਆ ਤੁਹਾਨੂੰ 80 ਨੰਬਰ ਦਾ ਪੇਪਰ ਹੋਊਗਾ ਲਿਖਣ ਵਾਲਾ ਵੀ ਦੀ ਅਸੈਸਮੈਂਟ ਜਾਊਗੀ ਤੇ 100 ਦਾ ਦੋਸਤੋ ਤੁਹਾਡਾ ਟੋਟਲ ਬਣ ਜਾਏਗਾ ਬਾਕੀ ਜਿਨ੍ਹਾਂ ਨੇ ਹਿਸਟਰੀ ਰੱਖੀ ਹੈ ਦੋਸਤੋ ਠੀਕ ਹੈ ਤੇ ਜਿਹੜੇ ਆਪਣੇ ਹੈਗੇ ਇਕਨੋਮਿਕਸ ਵਾਲੇ जिन्होंने रखी है जिन्होंने मैथ रखी है ठीक है जी वो देख लें अपना अस्सी नंबर का पेपर होएगा तो मैथ का भी अस्सी नंबर का पेपर होएगा तो कई बार विद्यार्थी पूछते हैं कि प्रैक्टिकल होएगी मैथ के तो मै प्रैक्टीकल नहीं है बी नंबर की असैसमेंट ला के सौ का यह तो हो जाएगा इसी तरह दोस्तों हिस्टरी का भी आते जिन्होंने सोशोलॉजी पोलीटल साइंस रखी है वह भी अपना देख लें अस्सी नंबर का लिखण वाला पेपर होएगा बी दसैसमेंट जाएगी तो जिन्हें फिलोसफी रिलीजन जियोग्राफी ਠੀਕ ਪਬਲਿਕ ਐਡਮਿਨਿਸਟ੍ਰੇਸ਼ਨ ਰੱਖੀ ਆ ਠੀਕ ਹੈ ਬਾਕੀ ਜਿਨ੍ਹਾਂ ਨੇ ਆਹ ਦੇਖ ਲਓ ਦੋਸਤੋ ਕੰਪਿਊਟਰ ਐਪਲੀਕੇਸ਼ਨ ਵੀ ਕਈ ਵਿਦਿਆਰਥੀਆਂ ਨੇ ਰੱਖੀ ਹੁੰਦੀ ਆ ਤੇ ਐਗਰੀਕਲਚਰ ਵੀ ਰੱਖੀ ਹੁੰਦੀ ਆ ਇਹਨਾਂ ਦੇ 60 70 ਨੰਬਰ ਦੇ ਪੇਪਰ ਹੋਣਗੇ ਤੇ 35 ਨੰਬਰ ਦੀ ਪ੍ਰੈਕਟੀਕਲ ਤੇ 25 ਦੀ ਐਗਰੀਕਲਚਰ ਦੇ ਵਿੱਚ ਪੰਜ-ਪੰਜ ਨੰਬਰ ਦੀ ਅਸੈਸਮੈਂਟ ਜਾ ਕੇ 100 ਦਾ ਇਹ ਹੋ ਜਾਏਗਾ ਉਸ ਤੋਂ ਬਾਅਦ ਜਿਨ੍ਹਾਂ ਨੇ ਹੋਮ ਸਾਇੰਸ ਵਗੈਰਾ ਰੱਖੀ ਆ ਠੀਕ ਹੈ ਉਸ ਤੋਂ ਬਾਅਦ ਆ ਸਬਜੈਕਟ ਵੀ ਤੁਸੀਂ ਆਪਣੇ ਦੇਖ ਲਓ ਠੀਕ ਹੈ ਇਹ ਕਈਆਂ ਨੇ ਕਈਆਂ ਨੇ ਰੱਖੀ ਹੁੰਦੀ ਹੈ ਬਾਕੀ ਫਿਜ਼ੀਕਲ ਐਜੂਕੇਸ਼ਨ ਦੀ ਜੇ ਗੱਲ ਕਰੀ ਤਾਂ ਦੋਸਤੋ 20 ਨੰਬਰ ਦਾ ਇੱਥੇ ਦੱਸਿਆ ਹੋਇਆ ਵਾ ਬਟ ਦੋਸਤੋ ਹੁਣ 20 ਨੰਬਰ ਦਾ ਪੇਪਰ ਨਹੀਂ ਹੋਵੇਗਾ ਇਹ ਦੋਸਤੋ ਹੁਣ ਤੁਹਾਡਾ ਇੱਥੇ ਨਾ 50 ਨੰਬਰ ਦਾ ਸ਼ਾਇਦ ਮੈਨੂੰ ਲੱਗਦਾ ਕਰ ਦਿੱਤਾ ਗਿਆ ਵਾ ਠੀਕ ਹੈ ਜੀ ਇਹ ਨੋਟਿਸ ਆਇਆ ਸੀ ਕਿ 50 ਨੰਬਰ ਦਾ ਹੀ ਲਿਖਤੀ ਦਾ ਪੇਪਰ ਹੋਵੇਗਾ ਤੇ ਅਸੈਸ ਜਿਵੇਂ ਕਿ ਪ੍ਰੈਕਟੀਕਲ 75 ਦੀ ਆ ਇਹ ਵੀ ਹੁਣ ਕੱਟ ਗਈ ਹੈ ਠੀਕ ਹੈ ਜੀ ਥਿਊਰੀ ਤੇ ਜਿਹੜੇ ਹੈਗੇ ਪੇਪਰ ਹੁਣ ਪਹਿਲਾਂ 20 ਨੰਬਰ ਦਾ ਹੁੰਦਾ ਸੀਗਾ ਪਰ ਇਹਨੂੰ ਹੁਣ ਵਧਾ ਦਿੱਤਾ ਗਿਆ ਵ ਹੋਵੇਗਾ ਠੀਕ ਹੈ ਜੀ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਐਨੇ ਅੰਕਾਂ ਦਾ ਹੋਏਗਾ ਠੀਕ ਹੈ ਉਸ ਤੋਂ ਬਾਅਦ ਇਹ ਦੋਸਤੋ ਗੱਲ ਕਰੀਏ ਆਪਣੇ ਜਿਹੜੇ ਹੈਗੇ ਆ ਅੱਗੇ ਜਿਹੜੇ ਹੈਗੇ ਆ ਸਾਇੰਸ ਗਰੁੱਪ ਵਾਲੇ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਮੈਥ ਤਾਂ ਜਿਹੜੇ ਹੈਗੇ ਆਪਣਾ ਪੀਸੀਬੀ ਇਹਨਾਂ ਦੇ ਦੋਸਤੋ 70-70 ਨੰਬਰ ਦੇ ਪੇਪਰ ਹੋਣਗੇ ਬਾਕੀ ਮੈਥ ਦੀ ਗੱਲ ਆ ਤਾਂ ਦੋਸਤੋ ਉਹ 80 ਨੰਬਰ ਦਾ ਪੇਪਰ ਹੋਏਗਾ ਤੇ ਜਿਹੜੀ ਮੈਥ ਦੇ ਵਿੱਚ ਕੋਈ ਪ੍ਰੈਕਟੀਕਲ ਨਹੀਂ ਹੋਏਗੀ ਠੀਕ ਹੈ ਜੀ ਸਿਰਫ ਤੁਹਾਡਾ ਆਪਣਾ ਹੈਗਾ ਪੀਸੀਬੀ ਜਿਹੜਾ ਹੈਗਾ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਉਹਦੇ ਵਿੱਚ 25 ਨੰਬਰ ਦੀ ਪ੍ਰੈ ਤੇ ਫਿਰ ਤੁਹਾਡਾ ਇਹ 100 ਬਣ ਜਾਏਗਾ ਤੇ ਇਸੇ ਤਰ੍ਹਾਂ ਦੋਸਤੋ ਮੈਥ ਦੇ ਵਿੱਚ ਕੋਈ ਪ੍ਰੈਕਟੀਕਲ ਨਹੀਂ ਹੋਏਗੀ ਤੁਹਾਨੂੰ ਦੱਸ ਦਈਏ ਤੇ 20 ਨੰਬਰ ਦੀ ਅਸੈਸਮੈਂਟ ਜਾਏਗੀ 80 ਦਾ ਲਿਖਤੀ ਪੇਪਰ ਆ ਤੇ 100 ਦਾ ਇਹ ਤੁਹਾਡਾ ਬਣ ਜਾਏਗਾ ਠੀਕ ਹੈ ਤੇ ਇਸੇ ਤਰ੍ਹਾਂ ਦੋਸਤੋ ਹਾਂ ਤੁਹਾਡਾ ਦਿੱਤਾ ਹੋਇਆ ਆ ਵੀ ਦੇਖ ਲਿਓ ਇੱਥੇ ਤੇ ਅੱਗੇ ਦੋਸਤੋ ਜੇ ਗੱਲ ਕਰੀਏ ਤਾਂ ਕਮਰਸ ਗਰੁੱਪ ਵਾਲਿਆਂ ਦੀ ਤਾਂ ਬਿਜ਼ਨਸ ਸਟੱਡੀ ਦਾ ਜਿਹੜਾ ਪੇਪਰ 80 ਨੰਬਰ ਦਾ ਹੋਏਗਾ ਇਕਨੋਮਿਕਸ ਦਾ ਵੀ 80 ਨੰਬਰ ਦਾ ਪੇਪਰ ਹੋਏਗਾ 20 ਦੀ ਅਸੈਸਮੈਂਟ ਜਾ ਕੇ ਇਹ ਤੁਹਾਡਾ 100 ਦਾ ਬਣ ਜਾਏਗਾ ਬਟ ਅਕਾਊਂਟੈਂਸੀ ਦਾ ਪੇਪ बन जाएगा। ਉਸ ਤੋਂ ਬਾਅਦ ਦੋਸਤੋ ਫੰਡਾਮੈਂਟਲ ਆਫ ਈ-ਬਿਜ਼ਨਸ ਇਹਦਾ ਵੀ ਦੋਸਤੋ ਇਸੇ ਤਰ੍ਹਾਂ ਵਾ ਠੀਕ ਹੈ ਜੀ 80 ਨੰਬਰ ਦਾ ਪੇਪਰ ਆ ਤੇ 15 ਦੀ ਪ੍ਰੈਕਟੀਕਲ ਆ 5 ਦਾ ਅਸੈਸਮੈਂਟ ਲਗਾ ਕੇ 100 ਦਾ ਤੁਹਾਡਾ ਇਹ ਬਣ ਜਾਏਗਾ ਠੀਕ ਹੈ। ਉਸ ਤੋਂ ਬਾਅਦ ਦੋਸਤੋ ਹਾਈ ਐਗਰੀਕਲਚਰ ਗਰੁੱਪ ਆ ਤੇ ਇਹਨਾਂ ਦਾ ਸੇਮ ਐਜ਼ ਜਿਵੇਂ ਹੈਗੇ ਆਪਣੇ ਦੂਸਰੇ ਸਾਇੰਸ ਗਰੁੱਪ ਵਾਲੇ ਹੈਗੇ ਉਹਨਾਂ ਦਾ ਇਸੇ ਤਰ੍ਹਾਂ ਦਾ ਹੈਗਾ ਵੇ ਠੀਕ ਹੈ ਜੀ ਤੇ ਹੁਣ ਦੋਸਤੋ ਦੇਖਦੇ ਆਪਾਂ 10ਵੀਂ ਕਲਾਸ ਵਾਲਿਆਂ ਦਾ ਤਾਂ ਦੇਖੋ ਦੋਸਤੋ ਜਿਹੜਾ 10ਵੀਂ ਕਲਾਸ ਵਾਲਿਆਂ ਦਾ ਆਹ ਦੇਖ ਸਕਦੇ ਹੋ ਤਾਂ ਇਹਨਾਂ ਦੀ ਸਕੀਮ ਆਫ ਸਟੱ ਤੇ ਤੁਹਾਡੇ ਸਬਜੈਕਟ ਤਾਂ ਤੁਹਾਨੂੰ ਪਤਾ ਹੋਣਾ ਹੋਵੇ ਕਿ ਆਹੀ ਆ ਪੰਜਾਬੀ A B ਇੰਗਲਿਸ਼ ਮੈਥ ਸਾਇੰਸ ਸੋਸ਼ਲ ਆਪਣੇ ਕਾ ਸੋਸ਼ਲ ਸਾਇੰਸ ਜਿਹਨੂੰ ਆਪਾਂ ਐਸਐਸਟੀ ਕਹਿੰਦੇ ਆ ਤੇ ਕੰਪਿਊਟਰ ਸਾਇੰਸ ਤੇ ਸਵਾਗਤ ਜਿੰਦਗੀ ਠੀਕ ਹੈ ਜੀ ਇਹ ਤੁਹਾਡੇ ਸਬਜੈਕਟ ਹੁੰਦੇ ਹਨ ਤੇ ਬਾਕੀ ਅਗਰ ਕਈਆਂ ਨੇ ਅਗਰ ਇਲੈਕਟਿਵ ਸਬਜੈਕਟ ਰੱਖਿਆ ਇਹਨਾਂ ਦੇ ਵਿੱਚੋਂ ਤਾਂ ਇਹਨਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਕਈਆਂ ਨੇ ਜਿਵੇਂ ਕਿ ਇਹਦੇ ਵਿੱਚ ਐਗਰੀਕਲਚਰ ਆ ਫਿਰ ਆਪਣੀ ਰੱਖੀ ਹੁੰਦੀ ਆ ਜਾਂ ਫਿਰ ਦੋਸਤੋ ਕਈਆਂ ਨੇ ਹੈਲਥ ਐਂਡ ਫਿਜ਼ੀਕਲ এডੂਕੇਸ਼ਨ ਵੀ ਰੱਖੀ ਹੁੰਦੀ ਹੈ ਠੀਕ ਹੈ ਤਾਂ ਦੋਸਤੋ ਇਹ ਕਿੰਨੇ ਕਿੰਨੇ ਨੰਬਰਾਂ ਦੇ ਪੇਪਰ ਆਣਗੇ ਤਾਂ ਦੋਸਤੋ ਦੇਖੋ ਇਹ ਜਿਹੜੇ ਤੁਹਾਡੇ ਪੇਪਰਾਂ ਦੇ ਨੰਬਰ ਹੈਗੇ ਆ ਇਹ ਵਾਲੇ ਪੀਡੀਐਫ ਦੇ ਵਿੱਚ ਨਹੀਂ ਦਿੱਤੇ ਹੋਏ ਬਟ ਦੋਸਤੋ ਦੇਖੋ ਜਿਹੜਾ ਇਹਨਾਂ ਨੇ ਸਿਲੇਬਸ ਜਾਰੀ ਕੀਤਾ ਵਾ ਠੀਕ ਹੈ ਜੀ 2022-23 ਦਾ ਇਹ ਸਿਲੇਬਸ ਆ ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਵਾ ਕਿ ਕਿੰਨੇ ਨੰਬਰ ਦਾ ਪੇਪਰ ਆਊਗਾ ਜਿਵੇਂ ਕਿ 10th ਕਲਾਸ ਵਾਲਿਆਂ ਦਾ ਹੈਗਾ ਵਾ ਚਲੋ ਇਹਦੇ ਵਿੱਚ ਆਪਾਂ ਕੋਈ ਵੀ ਦੇਖ ਲੈਨੇ ਆ ਜਿਵੇਂ ਕਿ ਇੰਗਲਿਸ਼ ਜਿਹੜਾ ਹੈਗਾ ਤੁਹਾਡਾ ਸਬਜੈਕਟ ਹਾਂਜੀ ਇੰਗਲਿਸ਼ ਨਹੀਂ ਹਾਂਜੀ ਚਲੋ ਇੰਗਲਿਸ਼ ਹੀ ਦੇਖ ਲੈਨੇ ਚਲੋ ਇੱਥ देख दोस्तों तो देख सदस्तों ये जोड़ा वा इंग्लिश का पेपर दो हजार बै तेई ठीक है जी तो ये दसो इन्ह ने दसाया कि अस्सी नंबर का पेपर होएगा बी नंबर दसैसमेंट तो सौ का बन जाएगा ठीक है जी यानी कि दोस्तों अस्सी नंबर का ही पेपर होएगा दसवीं क्लास व्यादा का एक ही बार एग्जाम होएगा इसी तरह दोस्तों जोड़े तो होर सब्जेक्ट्स ने ठीक है जी जोड़े तो मैथ हो गया जिम्मे क्या देख लें मैथ भी देख लें सेम इस तरह ही आ दोस्तों जिम्मेद अंबर का पेपर होगा दो हजार बाई बई तेई दे नंबर दसैसमेंट तो सौ नंबर का टोटल बन ਜਾਏਗਾ باقی ਹੋਰ سارے ਸਬਜੈਕਟਾਂ ਦੇ ਤੁਹਾਡੇ ਇੱਥੇ ਦਿੱਤੇ ਹੋਏ ਹਨ ਠੀਕ ਹੈ ਤਾਂ ਦੇਖ ਸਕਦੇ ਹੋ ਆਪਣਾ ਤੁਸੀਂ ਇੰਗਲਿਸ਼ ਤੇ ਮੈਥ ਤੇ ਆਪਣਾ ਫਿਜ਼ੀਕਲ ਐਜੂਕੇਸ਼ਨ ਵੀ ਦਿੱਤਾ ਹੋਇਆ ਵਾ ਤੇ ਉਸ ਤੋਂ ਬਾਅਦ ਦੋਸਤੋ ਹਿੰਦੀ ਵੀ ਦਿੱਤੀ ਹੋਈ ਹੈ ਤੇ ਪੰਜਾਬੀ A ਤੇ ਪੰਜਾਬੀ B ਦੀ ਗੱਲ ਕਰੀਏ ਤਾਂ ਪੰਜਾਬੀ A ਜਿਹੜੀ ਹੈਗੀ ਹੈ ਤੁਹਾਡੀ ਤੇ B ਹੈਗੀ ਹੈ ਜਿਹੜੀ ਤਾਂ ਆਹ ਦੇਖ ਸਕਦੇ ਹੋ ਦੋਸਤੋ ਇਹਨਾਂ ਨੇ ਇੱਥੇ ਮਾਰਕਸ ਵਗੈਰਾ ਤਾਂ ਨਹੀਂ ਦੱਸੇ ਬਟ ਦੋਸਤੋ ਮੈਂ ਤੁਹਾਨੂੰ ਦੱਸਾਂ ਤਾਂ ਇਹ ਤੁਹਾਡਾ ਜਿਹੜਾ ਹੈਗਾ 75 75 ਨੰਬਰ ਦੇ ਹੁੰਦੇ ਆ ਠੀਕ ਹੈ ਜੀ ਇੱਕ ਸਬਜੈਕਟ ਦੇ ਮਾਰਕਸ ਜਿਵੇਂ ਕਿ ਪੰਜਾਬੀ A ਤੇ ਪੰਜਾਬੀ B 75 75 ਦੇ ਹੁੰਦੇ ਆ ਟੋਟਲ ਠੀਕ ਹੈ ਬਾਕੀ ਇਹਦੇ ਵਿੱਚ ਦੋਸਤੋ ਹੋ ਸਕਦਾ ਕਿ ਤੁਹਾਡੇ ਜਿਹੜੀ ਹੈਗੀ ਅਸੈਸਮੈਂਟ ਵਗੈਰਾ 10 ਨੰਬਰ ਦੀ ਲਾ ਕੇ ਭੇਜਣ ਤਾਂ 65 ਨੰਬਰ ਦਾ ਮੈਨੂੰ ਲੱਗਦਾ ਕਿ ਤੁਹਾਡਾ ਲਿਖਤੀ ਪੇਪਰ ਹੋਏਗਾ 10 ਨੰਬਰ ਦੀ ਅਸੈਸਮੈਂਟ ਮਿਲਾ ਕੇ 75 ਹੋ ਜਾਏਗਾ ਇਸੇ ਤਰ੍ਹਾਂ ਦੋਸਤੋ ਪੇਪਰ B ਦੇ ਵਿੱਚ ਤੇ ਪੇਪਰ A ਦੇ ਵਿੱਚ ਸੇਮ ਇਸ ਤਰ੍ਹਾਂ ਹੁੰਦਾ ਵਾ ਠੀਕ ਹੈ ਜੀ ਤਾਂ ਆਹ ਸੀਗਾ ਦੋਸਤੋ ਤੁਹਾਡੇ 10ਵੀਂ ਕਲਾਸ ਵਾਲਿਆਂ ਦਾ ਤੇ ਬਾਕੀ ਜਿਨ੍ਹਾਂ ਨੇ ਆਪਣੇ ਨਾਨ ਬੋਰਡ ਕਲਾਸਿਸ ਨੇ ਜਿਵੇਂ ਕਿ 9th ਵਾਲੇ ਤੇ 8th ਵਾਲੇ ਠੀਕ ਹੈ ਤੇ ਜਿਹੜੇ ਆਪਣੇ ਹੈਗੇ 11ਵੀਂ ਵਾਲੇ ਅਗਰ ਉਹ ਆਪਣਾ ਦੇਖਣਾ ਚਾਹੁੰਦੇ ਹਨ ਤਾਂ ਇਸ ਦਾ ਲਿੰਕ ਮੈਂ ਡਿਸਕ੍ਰ ਦੇਖ ਸਕਦੇ ਹੋ 11ਵੀਂ ਵਾਲੇ ਵੀ 9ਵੀਂ ਵਾਲੇ ਵੀ 8ਵੀਂ ਵਾਲੇ ਵੀ ਜਿਹੜੇ ਵੀ ਹੈਗੇ ਹੋ ਤੁਸੀਂ ਨਾਨ ਬੋਰਡ ਜਮਾਤ ਵਾਲੇ ਵੀ ਬਾਕੀ 5ਵੀਂ 8ਵੀਂ ਵਾਲੇ ਤਾਂ ਬੋਰਡ ਵਾਲੇ ਆ ਠੀਕ ਹੈ ਉਹਨਾਂ ਦੇ ਵੀ ਇਹ ਦੇ ਵਿੱਚ ਹੈਗਾ ਵਾ ਤੁਸੀਂ ਆਪਣਾ ਦੇਖ ਸਕਦੇ ਹੋ ਠੀਕ ਹੈ ਦੋਸਤੋ ਤਾਂ ਆਹੀ ਅਪਡੇਟ ਸੀ ਕਿ ਬਸ ਆਹੀ ਦੱਸਣਾ ਸੀਗਾ ਤੇ ਇਹ ਦੋਸਤੋ ਹੋਰ ਜੇ ਕੋਈ ਫਰਦਰ ਅਪਡੇਟ ਆਂਦੇ ਤਾਂ ਤੁਹਾਨੂੰ ਜਰੂਰ ਦੱਸਾਂਗੇ ਬਾਕੀ ਆਪਣਾ ਇੰਸਟਾ ਜੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈਕਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ